ਸਮਾਜ ਸੇਵਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਮੈਂ ਮਨਜਿੰਦਰ ਸਿੰਘ ਕੰਗ। ਦੋਸਤੋ, ਆਪ ਸਭ ਨੂੰ ਪਤਾ ਕਿ ਸਰਪੰਚੀ ਦੀ ਇਲੈਕਸ਼ਨ ਬਿਲਕੁਲ ਸਿਖਰਾਂ 'ਤੇ ਆ। ਹਰ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ, ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਗਿੱਲ, ਇੱਥੋਂ ਦੇ ਸਰਦਾਰ ਅਵਤਾਰ ਸਿੰਘ ਜੋ ਸਭ ਦੇ ਸਾਂਝੇ ਕੈਂਡੀਡੇਟ ਆ, ਅਤੇ ਅੱਜ ਤੁਹਾਡੀ ਉਹਨਾਂ ਨਾਲ ਕਰਾਉਂਦੇ ਹਾਂ ਗੱਲਬਾਤ, ਕਿਉਂਕਿ ਹਰ ਇੱਕ ਬੰਦੇ ਦਾ ਕੋਈ ਸਪਨਾ, ਕੋਈ ਏਮ, ਕੋਈ ਮੁੱਦਾ ਹੁੰਦਾ। ਅਤੇ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਸਰਦਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਹਰ ਇੱਕ ਬੰਦੇ ਦਾ ਕੋਈ ਸਪਨਾ, ਕੋਈ ਏਮ, ਕੋਈ ਮੁੱਦਾ ਹੁੰਦਾ। ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ 'ਤੇ ਚੋਣ ਲੜ ਰਹੇ ਹੋ? ਸਰ, ਅਸੀਂ ਖਲੋਤੇ ਹਾਂ ਆਜ਼ਾਦ ਉਮੀਦਵਾਰ, ਚਲੋ ਆਪਣੇ ਭੈਣ ਭਰਾਵਾਂ ਦੀ ਸਲਾਹ ਨਾਲ। ਸਰ, ਠੀਕ ਹੈ ਜੀ। ਹਾਂਜੀ ਸਰ, ਅਸੀਂ ਕਹਿੰਦੇ ਵੀ ਚਲੋ ਕੋਈ ਬਣੀਏ, ਅਸੀਂ ਇਲੈਕਸ਼ਨ ਜਿੱਤਾਂਗੇ, ਅਸੀਂ ਕੋਈ ਚੰਗਾ ਕਰਾਂਗੇ, ਹਰ ਕਿਸੇ ਦਾ ਕਰਾਂਗੇ। ਇਹ ਨਹੀਂ ਵੀ ਆਪਾਂ ਕਿਸੇ ਪਾਰਟੀ ਦਾ ਨਹੀਂ ਕਰਾਂਗੇ, ਵੀ ਉਹਦਾ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਅਸੀਂ ਹਰ ਕਿਸੇ ਦਾ ਕਰਾਂਗੇ। ਹਾਂਜੀ, ਇਹ ਆ ਵੀ ਚਲੋ ਕੋਈ ਚੰਗਾ ਕੰਮ ਕਰਾਂਗੇ, ਚੰਗਾ ਵਿਕਾਸ ਕਰਾਂਗੇ, ਚਲੋ ਸਾਨੂੰ ਕੋਈ ਚੰਗਾ ਕਵੇ। ਹਾਂਜੀ, ਆਪ ਜੀ ਦੇ ਪਿੰਡ ਦੀ ਗੱਲ ਕਰੀਏ, ਆਪ ਜੀ ਦੇ ਪਿੰਡ ਵਿੱਚ ਕੋਈ ਲਾਇਬ੍ਰੇਰੀ, ਡਿਸਪੈਂਸਰੀ, ਕੋਈ ਪਸ਼ੂਆਂ ਦਾ ਹਸਪਤਾਲ? ਚਲੋ ਸਰ, ਲਾਇਬ੍ਰੇਰੀ ਤਾਂ ਨਹੀਂ ਹੈਗੀ, ਡਿਸਪੈਂਸਰੀ ਆ, ਪਸ਼ੂਆਂ ਦਾ ਹਸਪਤਾਲ ਵੀ ਹੈਗਾ ਜੀ। ਹਾਂਜੀ, ਠੀਕ ਠਾਕ ਚੱਲਦੇ ਪਏ ਜੀ। ਸਕੂਲ ਵੀ ਹੈਗਾ, ਪ੍ਰਾਇਮਰੀ ਸਕੂਲ ਵੀ ਹੈਗਾ ਸਾਡੇ ਜੀ। ਹਾਂਜੀ, ਅਤੇ ਅਗਰ ਜੇ ਤੁਹਾਡੀ ਪੰਚਾਇਤ ਬਣ ਜਾਂਦੀ ਹੈ ਤਾਂ ਫਿਰ ਇਹ ਸਕੂਲ ਨੂੰ ਉੱਪਰ ਚੁੱਕੋਗੇ? ਚਾਹੀਦਾ ਸਰ, ਜ਼ਰੂਰ ਜੀ। ਹਾਂਜੀ, ਸਰਕਾਰੀ ਸਕੂਲ ਬਹੁਤ ਸਰ ਹੁੰਦੇ ਜਾਂਦੇ, ਫੇਲ ਹੋਈ ਜਾਂਦੇ, ਨਹੀਂ ਬੱਚੇ ਜਾਂਦੇ ਨਹੀਂ ਪਏ। ਚਲੋ ਹੁਣ ਕਮੀਆਂ ਪੇਸ਼ੀਆਂ ਅਗਾਂਹ ਵੇਖਾਂਗੇ, ਜਾਵਾਂਗੇ, ਵਿੱਚ ਵੜਾਂਗੇ, ਪਤਾ ਲੱਗੂਗਾ ਕੀ ਕਮੀਆਂ ਪੇਸ਼ੀਆਂ ਜੀ। ਚਲੋ ਇਹਦੀ ਅਗਾਂਹ ਆਪਾਂ ਹੁਣ 5ਵੀਂ 6ਵੀਂ ਤੱਕ ਅਸੀਂ ਕਹਿੰਦੇ ਪਲੱਸ ਟੂ ਤੱਕ ਹੋ ਜਾਏ ਜੀ, ਬੱਚੇ ਇੱਥੇ ਚੰਗੇ ਪੜ੍ਹਨ। ਹੁਣ ਸਰ, ਪ੍ਰਾਈਵੇਟ ਸਕੂਲਾਂ ਦਾ ਵੀ ਕਿੰਨਾ ਖਰਚਾ ਜੀ। ਹਾਂਜੀ, ਨਸ਼ਿਆਂ ਦੇ ਮੁੱਦੇ 'ਤੇ ਗੱਲ ਕਰੀਏ, ਆਪ ਜੀ ਨੇ ਇੱਕ ਸੋਸ਼ਲ ਮੀਡੀਆ 'ਤੇ ਦੇਖਿਆ ਨਾ, ਅੱਜ ਕੱਲ੍ਹ ਬਹੁਤ ਨਸ਼ੇ ਦੀ ਲਪੇਟ ਵਿੱਚ ਆ ਕੇ ਮਾਵਾਂ ਦੇ ਪੁੱਤ ਮਾਰੇ ਨੇ, ਨਸ਼ੇ ਦੇ ਮੁੱਦੇ 'ਤੇ ਇਸ ਪਿੰਡ ਦੀ ਕੀ ਪੁਜੀਸ਼ਨ? ਚਲੋ ਸਰ, ਪਹਿਲਾਂ ਤਾਂ ਹੈ ਹੀ ਥੋੜ੍ਹਾ, ਬਾਕੀ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ, ਬੱਚੇ ਪਛਾਣ ਮੁੜ ਆਏ ਆ। ਠੀਕ, ਸਾਡੇ ਪਿੰਡ ਦੇ ਵਿੱਚ ਤਾਂ ਖੈਰ ਚਲੋ ਸ਼ਰਾਬ ਪਾਣੀ ਦੀ ਗੱਲ ਲੱਗਿਆ, ਹੋਰ ਕੋਈ ਨਹੀਂ ਜੀ। ਨਾ ਜੀ ਨਾ, ਸਾਡੇ ਪਿੰਡ 'ਚ ਹਜੇ ਕੋਈ ਚੰਗਾ ਨਾ ਜੀ ਨਾ। ਇੱਕ ਜੀ, ਸਰਕਾਰ ਵੱਲੋਂ ਆਟਾ ਦਾਲ ਸਕੀਮ ਚਲਾਈ ਗਈ ਸੀ, ਤੁਹਾਡੇ ਨੋਟਿਸ ਦੇ ਅਨੁਸਾਰ ਉਹ ਸਹੀ ਘਰਾਂ 'ਚ ਪਹੁੰਚ ਰਹੀ ਕਿ ਉਸਦੀ ਦੁਰਵਰਤੋਂ ਹੋ ਰਹੀ ਹੈ? ਨਹੀਂ ਸਰ, ਠੀਕ ਆ, ਜਦੋਂ ਆਉਂਦੀ ਚੀਜ਼ ਹਰ ਕਿਸੇ ਨੂੰ ਮਿਲਦੀ ਆ। ਹਾਂਜੀ, ਜਿਹੜੀ ਚੀਜ਼ ਆ ਆਟਾ ਦਾਲ ਸਕੀਮ, ਇਹਨਾਂ ਦੀ ਚਲੋ ਠੀਕ ਹੈ ਜੀ, ਹਰ ਕਿਸੇ ਨੂੰ ਮਿਲਦੀ ਪਈ, ਜਿਹਦੀ ਹੈਗੀ ਉਹਨੂੰ ਮਿਲਦੀ ਪਈ ਆ। ਰਹਿੰਦਾ ਵੀ ਹੋਊਗਾ, ਕੋਈ ਇੱਕ ਦਾ ਘਰ ਤੋਂ ਉਹਦੇ ਬਾਰੇ ਕਹਿ ਨਹੀਂ ਸਕਦੇ। ਹਾਂਜੀ, ਬਾਕੀ ਚਲੋ ਮਿਲਦੀ ਜੀ। ਹਾਂ, ਲਾਸਟ ਕੁਐਸਚਨ ਮੇਰਾ ਸਰਦਾਰ ਜੀ, ਆਪ ਜੀ ਆਪਦੇ ਪਿੰਡ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਤਾਂ ਇਹੋ ਜੀ ਸਰ, ਵੇਖੋ ਜੀ, ਤੁਸੀਂ ਬੰਦਾ ਵੇਖੋ ਸਰ, ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਬੰਦਾ ਵੇਖੋ, ਜੇ ਅਸੀਂ ਤੁਹਾਨੂੰ ਲੱਗਦੇ ਹਾਂ ਸਹੀ ਤਾਂ ਸਾਨੂੰ ਵੋਟਾਂ ਪਾ ਦਿਉ, ਬਾਕੀ ਆਪਾਂ ਹਰ ਕਿਸੇ ਦਾ ਕੰਮ ਕਰਾਂਗੇ, ਕਿਸੇ ਤੋਂ ਪਛਾਣ ਨਹੀਂ ਹਟਾਂਗੇ। ਜੇ ਆਪਾਂ ਸਾਂਝੇ ਕਹਿ ਨਾ ਵੀ ਆਪਾਂ ਆਜ਼ਾਦ ਹਾਂ, ਤਾਂ ਆਪਾਂ ਹਰ ਕਿਸੇ ਦਾ ਕਰਾਂਗੇ। ਇਹ ਨਹੀਂ ਵੀ ਮੈਂ ਅਸੀਂ ਉਹਦਾ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਬਾਕੀ ਪਹਿਲਾਂ ਵੇਖ ਲੈਣ ਸਾਨੂੰ ਵੀ ਜੇ ਅਸੀਂ ਲਾਇਕ ਹੈਗੇ ਤਾਂ ਠੀਕ ਹੈ ਜੀ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਇਹ ਸੀ ਸਰਦਾਰ ਅਵਤਾਰ ਸਿੰਘ, ਜਿਨ੍ਹਾਂ ਨਾਲ ਤੁਹਾਡੀ ਅਸੀਂ ਗੱਲਬਾਤ ਕਰਵਾਈ ਹੈ, ਅਤੇ ਹੁਣ ਅਸੀਂ ਕਿਸੇ ਨਵੇਂ ਕੈਂਡੀਡੇਟ ਦੇ ਨਾਲ ਜਿਹੜੀ ਤੁਹਾਡੀ ਗੱਲਬਾਤ ਆ ਬਿਲਕੁਲ ਜਾਰੀ ਰੱਖਾਂਗੇ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।